ਵਾਹਿਗੁਰੂ 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 ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾਇ ਅੰਚਲ ਲਾਭੋ ਬਿਖਮ ਨਦੀ ਜਾਏ ਤਰਨੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਹੀ ਉਚਾਰੇ ਸੋਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਈ ਚੁਲੰਬ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਈ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰੱਤਾ ਮਨ ਮਾਨਿਆ ਗੁਰਪੂਰਾ ਪਾਇਆ ਹੋਂ ਜੀਵਾਂ ਗੁਣ ਸਾਰ ਅੰਤਰ ਤੂੰ ਵਸੈ ਤੂੰ ਵਸਹਿ ਮਨ ਮਾਹੇ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਆਖੋਂ ਕੀਤੜਾ
ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਨਿਤਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ। ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣ, ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ। ਮਰਸੀ ਹੋਏ ਵਿਗਾਣਾ ਮਨ ਤਨ ਭੰਗ ਹੈ, ਗੁਰ ਕੀ ਕਾਰ ਕਮਾਏ ਲਾਹ ਕਰ ਆਣਿਆ। ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ। ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਸੂਹੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਿਆ ਹੋਇਆ ਪਾਵਨ ਸ਼ਬਦ ਆਪਾਂ ਸਰਵਣ ਕੀਤਾ ਹੈ, ਜੋ ਅਸ਼ਟਪਦੀ ਦੇ ਰੂਪ ਵਿੱਚ ਹੈ ਅਤੇ ਜਿਸ ਨੂੰ ਗਾਇਨ ਕਰਨ ਦੀ ਜਿਹੜੀ ਸ਼ੈਲੀ ਹੈ ਉਹ ਕਾਫੀ ਹੈ, ਜਿਵੇਂ ਮੁਸਲਮਾਨਾਂ ਵਿੱਚ ਕਾਫੀਆਂ ਗਾਉਂਦੇ ਹਨ, ਉਸ ਤਰੀਕੇ ਨਾਲ ਇਹ ਗਾਇਨ ਕਰਨ ਵਾਸਤੇ ਹਦਾਇਤ ਹੈ। ਇਹ ਅੱਜ ਸਤਿਗੁਰੂ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਰਹਿਮਤ ਕਰ ਰਹੇ ਹਨ ਸਤਿਗੁਰੂ ਜੀ, ਸੂਹੀ ਮਹੱਲਾ ਪਹਿਲਾ, ਕਾਫੀ ਘਰ ਦਸਵਾਂ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਦਸਵੇਂ ਘਰ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਆਰੰਭ ਵਿੱਚ ਮੰਗਲ ਹੈ, ਇੱਕ ਵਾਹਿਗੁਰੂ ਪਰਮੇਸ਼ੁਰ ਜੋ ਸਰਵ ਵਿਆਪਕ ਹਰ ਥਾਂ ਹਾਜ਼ਰ ਨਾਜ਼ਰ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਜੋ ਸਾਰਿਆਂ ਦਾ ਹੀ ਸਹਾਰਾ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਪਾਲਣਾ ਕਰਨ ਵਾਲਾ ਹੈ ਅਤੇ ਮਾਰਨ ਵਾਲਾ ਵੀ ਉਹੀ ਹੈ। ਉਹ ਵਾਹਿਗੁਰੂ ਪਰਮੇਸ਼ੁਰ ਜੋ ਸੱਤ ਹੈ, ਜਦੋਂ ਕੁਛ ਨਹੀਂ ਸੀ ਉਦੋਂ ਵੀ ਸੀ, ਜਦੋਂ ਇਹ ਸਾਰਾ ਸੰਸਾਰ ਬਣਿਆ ਉਸਨੇ ਹੀ ਬਣਾਇਆ, ਹੁਣ ਵੀ ਹਰ ਥਾਂ ਹਾਜ਼ਰ ਨਾਜ਼ਰ ਹੈ। ਇਹ ਸੰਸਾਰ ਨਾਸ਼ ਵੀ ਹੋ ਜਾਵੇ, ਸਾਰਾ ਖਤਮ ਹੋ ਜਾਵੇ, ਤਾਂ ਵੀ ਉਸਨੇ ਰਹਿਣਾ ਹੈ। ਅੱਜ ਇਹ ਗੁਣਾਂ ਵਾਲਾ ਜੋ ਵਾਹਿਗੁਰੂ ਪਰਮੇਸ਼ੁਰ ਹੈ, ਜਿਸ ਦੀ ਸੋਝੀ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ, ਆਹ ਪਿਆਰ ਦੇ ਨਾਲ ਅੱਜ ਇਹ ਪੂਰੇ ਗੁਰੂ ਦੇ ਧਿਆਨ ਵਿੱਚ ਜੁੜ ਕੇ ਆਪਾਂ ਅੱਜ ਜੋ ਹੁਕਮਨਾਮਾ ਸਾਨੂੰ ਪ੍ਰਾਪਤ ਹੋਇਆ, ਇਸ ਉਪਦੇਸ਼ ਨੂੰ ਆਪਾਂ ਸਰਵਣ ਕਰੀਏ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ। ਇਹ ਮਨੁੱਖਾ ਜਨਮ ਜਿਹੜਾ ਹੈ ਦੁਰਲੱਭ ਹੈ, ਇਸਨੂੰ ਕਿਹਾ ਦੁਲੰਭ ਦਾ ਮਤਲਬ ਹੈ ਦੁਰਲੱਭ, ਜਿਹੜਾ ਆਸਾਨੀ ਨਾਲ ਨਹੀਂ ਮਿਲਦਾ ਹੈ। ਬਹੁਤ ਕਿਸੇ ਚੰਗੇ ਕਰਮ ਦਾ ਫਲ ਪਿਛਲੇ ਜਨਮਾਂ ਦੇ ਵਿੱਚ ਇਹ ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ, ਔਰ ਇਹ ਮਹਾਰਾਜ ਨੇ ਮੌਕਾ ਬਖਸ਼ਿਆ ਸਾਨੂੰ ਕਿ ਆਹ ਮਨੁੱਖਾ ਜਨਮ ਜਿਹੜਾ ਹੈ ਤੈਨੂੰ ਮੈਂ ਦੇ ਰਿਹਾ ਹਾਂ, ਇਸ ਦੇ ਇਸ ਜਨਮ ਦੇ ਵਿੱਚ ਵਿੱਚ ਹੀ
ਜਿਸ ਵਾਹਿਗੁਰੂ ਤੋਂ ਤੂੰ ਵਿਛੜਿਆ ਪਿਆ ਹੈ ਅਤੇ ਭੈੜੀਆਂ ਜੂਨਾਂ ਵਿੱਚ ਭਟਕ ਰਿਹਾ ਹੈ, ਉਸ ਦੇ ਨਾਲ ਮਿਲ ਸਕਦਾ ਹੈ। ਇਹ ਮਨੁੱਖਾ ਜਨਮ ਜਿਹੜਾ ਦੁਰਲੱਭ ਹੈ, ਇਸ ਨੂੰ ਨਿਰਮੋਲਕ ਹੀਰਾ ਵੀ ਕਿਹਾ ਹੈ, ਪਰ ਅਗਿਆਨੀ ਇਨਸਾਨ, ਬੇਸਮਝ ਲੋਕ ਇਸ ਨੂੰ ਕੌਡੀਆਂ ਦੇ ਪਾਏ ਵੀ ਗਵਾ ਜਾਂਦੇ ਹਨ। ਗੁਰਮੁਖ ਪਾਇਆ, ਇਸ ਅਮੋਲਕ ਜਨਮ ਦੀ ਸੋਝੀ, ਇਸ ਦੀ ਵਡਿਆਈ ਦਾ, ਇਸ ਦੀ ਕੀਮਤ ਦਾ ਪਤਾ ਕਿਵੇਂ ਲੱਗਦਾ ਹੈ? ਗੁਰੂ ਦੇ ਰਾਹੀਂ। ਇਹਦਾ ਮਤਲਬ ਹੈ ਕਿ ਕਿਸੇ ਚੰਗੇ ਕਰਮ ਦਾ ਫਲ ਮਨੁੱਖਾ ਜਨਮ ਮਿਲਿਆ, ਮਨੁੱਖਾ ਜਨਮ ਦੇ ਵਿੱਚ ਜੇ ਗੁਰੂ ਮਿਲ ਜਾਵੇ ਤਾਂ ਫਿਰ ਇਸ ਦੀ ਕੀਮਤ ਦਾ ਪਤਾ ਲੱਗਦਾ ਹੈ, ਉਹ ਵੀ ਪੂਰਾ ਗੁਰੂ ਗੋਬਿੰਦ। ਉਹ ਸਮਝਾਉਂਦਾ ਹੈ ਕਿ ਤੂੰ ਕਾਹਦੇ ਵਾਸਤੇ ਆਇਆ ਹੈ। ਫਿਰ ਸਮਝ ਆਉਂਦੀ ਹੈ ਕਿ ਇਹ ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਖੇਡ ਲਿਆ, ਇਹੀ ਮੇਰਾ ਜੀਵਨ ਨਹੀਂ ਹੈ, ਇਸ ਜੀਵਨ ਦਾ ਕੋਈ ਮਨੋਰਥ ਹੋਰ ਹੈ। ਉਹ ਕੀ ਹੈ? ਸੱਚ ਵੱਖਰ ਕੇ ਹਾਂ ਵਣਜਾਰੇ, ਅਸੀਂ ਵਣਜਾਰੇ ਹਾਂ, ਇਸ ਸੰਸਾਰ ਵਿੱਚ ਭੇਜੇ ਹੋਏ ਹਾਂ, ਸੱਚ ਦੇ ਵੱਖਰ, ਸੱਚ ਦੀ ਚੀਜ਼, ਸੱਚ ਰੁਪੀ ਸੌਦਾ ਕਰਨ ਵਾਸਤੇ, ਇਹ ਸੌਦਾ ਖਰੀਦਣ ਵਾਸਤੇ ਆਏ ਹਾਂ। ਜਿੰਨਾ ਖਰੀਦ ਲਿਆ ਆਪਾਂ ਇੱਥੋਂ, ਉਹ ਲਾਹਾ ਖੱਟ ਲਿਆ। ਸਵਾਸਾਂ ਦੀ ਪੂੰਜੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਉਹਦੀ ਸੀਮਾ ਹੈ, ਉਹਦੀ ਗਿਣਤੀ ਨੂੰ ਕੋਈ ਵਧਾ ਘਟਾ ਨਹੀਂ ਸਕਦਾ। ਇਹਨਾਂ ਸਵਾਸਾਂ ਦੇ ਵਿੱਚ ਵਿੱਚ ਹੀ ਜਿੰਨੇ ਸਾਨੂੰ ਮਿਲੇ ਹਨ, ਅਸੀਂ ਇਹ ਸੌਦਾ ਇਕੱਠਾ ਕਰਨਾ ਹੈ। ਜਿਸਨੇ ਮਿਹਨਤ ਕੀਤੀ ਗੁਰੂ ਦੀ ਸ਼ਰਨ ਵਿੱਚ ਪੈ ਕੇ, ਨਾਮ ਧਨ ਖੱਟ ਲਿਆ ਇੱਥੋਂ, ਉਹ ਇੱਥੋਂ ਹੀ ਵੀ ਸੁਹੇਲਾ, ਜਿੱਥੇ ਜਾਣਾ ਹੈ, ਸਭਨੀ ਸਹੁਰੇ ਵੰਝਣਾ, ਸਭ ਕਲਾਵਣ ਹਾਰ, ਸਹੁਰਾ ਘਰ ਜਿਹੜਾ ਹੈ ਸਾਡਾ, ਇਹ ਪੇਕਾ ਘਰ ਹੈ, ਸਹੁਰਾ ਘਰ ਜਿੱਥੇ ਜਾਣਾ ਹੈ, ਪਰਲੋਕ ਜਿਸ ਨੂੰ ਕਹਿੰਦੇ ਹਨ, ਉੱਥੇ ਵਿੱਚ ਉੱਥੇ ਵੀ ਇਹੀ ਕੰਮ ਆਵੇਗਾ ਅਤੇ ਪਰਲੋਕ ਵੀ ਸਾਡਾ ਸਹੇਲਾ ਹੋਵੇਗਾ। ਜਿਸਨੇ ਕੁਝ ਇੱਥੇ ਕੀਤਾ ਹੀ ਨਹੀਂ, ਮਿਹਨਤ ਹੀ ਨਹੀਂ ਕੀਤੀ ਹੈ, ਜਿਹੜੀ ਪੂੰਜੀ ਲੈ ਕੇ ਆਇਆ ਸੀ ਉਹ ਵੀ ਗਵਾ ਲਈ, ਖਾਲੀ ਹੱਥੀਂ ਇੱਥੋਂ ਗਿਆ, ਫਿਰ ਅੱਗੇ ਉਸ ਦੇ ਵਾਸਤੇ, ਜਿਵੇਂ ਬੱਚੀ ਕੋਈ ਮਾਂ ਪਿਓ ਦੇ ਘਰ ਵਿੱਚ ਮਿਹਨਤ ਨਾ ਕਰੇ, ਕੋਈ ਸਿੱਖੇ ਨਾ ਮਾਂ ਦੇ ਕੋਲੋਂ ਚੰਗੇ ਗੁਣ, ਤਾਂ ਸਹੁਰਿਆਂ ਦੇ ਘਰ ਵਿੱਚ ਜਾ ਕੇ ਉਸ ਵਾਸਤੇ ਬੜੀਆਂ ਮੁਸ਼ਕਲਾਂ ਆਉਂਦੀਆਂ, ਬੜੇ ਮਿਹਣੇ ਮਿਲਦੇ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਸਾਡੀ ਮਾਂ ਗੁਰੂ ਹੈ। ਗੁਰੂ ਸਮਝਾਉਂਦਾ ਹੈ ਸਾਨੂੰ ਕਿ ਅੱਜ ਜਿਹੜੇ ਕੰਮ ਤੇਰੇ ਉੱਥੇ ਆਉਣੇ ਆ, ਇਹ ਅਸਲ ਵਿੱਚ ਟਿਕਾਣਾ ਤੇਰਾ ਇਹ ਨਹੀਂ ਹੈ, ਡੱਡਾ ਗੇਰਾ ਇਹ ਨਹੀਂ, ਚਾਹੇ ਗੇਰਾ ਤਾਂ ਜਾਣ, ਤੂੰ ਇਹਨੂੰ ਨਾ ਗੇਰਾ ਬਣਾ ਕੇ ਸਮਝ ਵੀ ਆਹ ਗੇਰਾ ਹੈ, ਤੇਰਾ ਘਰ ਹੈ, ਘਰ ਦਾ ਮਤਲਬ ਗੇਰਾ, ਕਿਸੇ ਦਾ ਛੋਟਾ ਹੈ, ਕਿਸੇ ਦਾ ਵੱਡਾ ਹੈ, ਗੇਰਾ ਤੇਰਾ ਹੋਰ ਹੈ, ਜਿਵੇਂ ਬੱਚੀ ਦਾ ਘਰ ਸਹੁਰਿਆਂ ਵਾਲਾ ਘਰ ਹੈ, ਸਾਰੀ ਉਮਰ ਕੋਈ ਵੀ ਆਪਣੇ ਘਰ ਵਿੱਚ ਨਹੀਂ ਰਹਿੰਦੀ ਹੈ, ਕਈ ਮੁਸ਼ਕਲਾਂ ਆਉਂਦੀਆਂ ਹਨ ਉਸਦੇ ਵਾਸਤੇ। ਇਸੇ ਤਰ੍ਹਾਂ ਹੀ
ਇੱਥੇ ਸਦਾ ਕੋਈ ਰਹਿ ਨਹੀਂ ਸਕਦਾ। ਬੜੀ ਬੜੀ ਲੰਮੀ ਉਮਰ ਜੋਗੀ ਕਰ ਲੈਂਦੇ ਹਨ, ਪਰ ਉਹਨਾਂ ਨੂੰ ਵੀ ਜਾਣਾ ਪੈਂਦਾ। ਸੋ ਮਹਾਰਾਜ ਕਹਿੰਦੇ ਕਿ ਇਹ ਮਨੁੱਖਾ ਜਨਮ ਜੋ ਤੈਨੂੰ ਮਿਲਿਆ ਹੈ, ਗੁਰੂ ਦੀ ਸ਼ਰਨ ਵਿੱਚ ਪੈ, ਗੁਰੂ ਤੈਨੂੰ ਸਮਝਾਵੇਗਾ ਕਰਨਾ ਕੀ ਹੈ। ਹਰ ਪੂੰਜੀ ਸੰਚ ਕਰੋ ਵਿਹਾਰ, ਨਾਨਕ ਇਹਾਂ ਸੁਖ ਦਰਗਹਿ ਜੈਕਾਰ। ਜੇ ਤੂੰ ਆਹ ਕੰਮ ਕਰ ਲਵੇਂ ਨਾ, ਨਾਮ ਦੀ ਪੂੰਜੀ ਸੰਚ ਲਵੇਂ, ਅਤੇ ਵੇਖ ਇੱਥੇ ਵੀ ਤੈਨੂੰ ਸੁੱਖ ਮਿਲੇਗਾ ਇਸ ਪੂੰਜੀ ਦੇ ਨਾਲ, ਵਾਹਿਗੁਰੂ ਦੀ ਦਰਗਾਹ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਚੰਗੇ ਗੁਣਾਂ ਵਾਲੀ ਬੱਚੀ ਦੀ ਹਰ ਥਾਂ ਹੀ ਕਦਰ ਹੁੰਦੀ ਹੈ। ਆਪਾਂ ਪਿਛਲੇ ਦਿਨਾਂ ਸੂਹੀ ਰਾਗ ਦੇ ਵਿੱਚ ਜਿਹੜੀ ਵਾਰ ਸੁਣ ਰਹੇ ਹਾਂ, ਉਹਦੇ ਵਿੱਚ ਸਭ ਕੁਝ ਮਹਾਰਾਜ ਨੇ ਸਮਝਾਇਆ। ਇਸੇ ਤਰ੍ਹਾਂ ਹੀ ਜਿਸ ਦੇ ਕੋਲ ਚੰਗੇ ਗੁਣ ਹਨ, ਜਿਹਨੇ ਚੰਗੇ ਗੁਣ ਗੁਰੂ ਦੇ ਕੋਲੋਂ ਸਿੱਖ ਲਏ, ਉਸ ਦੀ ਇੱਥੇ ਵੀ ਇੱਜ਼ਤ ਹੈ, ਉਸ ਦੀ ਅੱਗੇ ਪਰਲੋਕ ਵਿੱਚ ਵੀ ਇੱਜ਼ਤ ਹੈ। ਦੋਵੇਂ ਥਾਂ ਉਸ ਦੇ ਸੁਹੇਲੇ ਨੇ। ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ। ਇਹ ਮਨੁੱਖਾ ਜਨਮ ਜਿਹੜਾ ਹੈ, ਇਸ ਮਨੁੱਖਾ ਜਨਮ ਜੇ ਪੂਰਾ ਗੁਰੂ ਮਿਲ ਗਿਆ ਅਤੇ ਜੇ ਗੁਰੂ ਨੂੰ ਭਾ ਗਿਆ, ਤਾਂ ਇਕੱਲਾ ਗੁਰੂ ਦੇ ਮਿਲਣ ਦੇ ਨਾਲ ਨਹੀਂ ਗੱਲ ਬਣੇਗੀ, ਬੜੀ ਦੁਨੀਆ ਗੁਰੂ ਵਾਲੀ ਬਣੀ ਫਿਰਦੀ ਹੈ। ਲੇਕਿਨ ਗੁਰੂ ਵਾਲੇ ਬਣ ਕੇ ਵੀ ਕੁਛ ਨਹੀਂ ਜੀਵਨ 'ਚ ਖੱਟਿਆ, ਉਹੀ ਸੰਸਾਰੀ ਵਿਵਹਾਰ, ਸੰਸਾਰ ਦੇ ਲੋਕਾਂ ਵਾਲਾ, ਉਹੀ ਵਿਕਾਰੀ ਜੀਵਨ। ਗੁਰੂ ਨੂੰ ਪਾਉਣਾ ਜਿਹੜਾ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਮਨੁੱਖਾ ਜਨਮ ਤਾਂ ਸਫਲ ਹੋਏਗਾ। ਇਹ ਚਲੰਬ ਕੀ ਹੁੰਦਾ ਹੈ? ਗੂੜਾ ਲਾਲ ਰੰਗ, ਜਿਹੜਾ ਪਰਮੇਸ਼ੁਰ ਦੇ ਨਾਮ ਦਾ ਰੰਗ ਹੈ, ਉਸਦੇ ਪਿਆਰ ਦਾ ਰੰਗ, ਪਿਆਰ ਦਾ ਰੰਗ ਇਹਨੂੰ ਆਮ ਤੌਰ 'ਤੇ ਕਹਿੰਦੇ। ਰੰਗ ਦਾ ਅਰਥ ਹੀ ਪਿਆਰ ਹੈ। ਸੋ ਮਨ ਅਤੇ ਤਨ ਦੋਵੇਂ ਹੀ ਗੂੜੇ ਲਾਲ ਰੰਗ ਵਿੱਚ ਰੰਗੇ ਜਾਂਦੇ ਹਨ, ਔਰ ਇਹ ਮਜੀਠੜੇ ਦਾ ਰੰਗ ਹੈ, ਲੈਣ ਵਾਲਾ ਨਹੀਂ ਹੈ। ਜਨ ਨਾਨਕ ਮੁਸ਼ਕ ਝਕੋਲਿਆ, ਸਭ ਜਨਮ ਧਨ ਧਨ। ਝਕੋਲਣਾ ਕੀ ਹੁੰਦਾ? ਜਿਵੇਂ ਕੱਪੜੇ ਨੂੰ ਆਪਾਂ ਰੰਗ ਵਿੱਚ ਪਾ ਕੇ ਝਕੋਲਦੇ ਹਨ, ਹਿਲਾਉਂਦੇ ਹਾਂ ਉਸ ਨੂੰ, ਜੇ ਗਰਮ ਪਾਣੀ ਹੋਇਆ ਗੰਗੇ ਨਾਲ ਹਿਲਾਉਂਦੇ, ਉਹਨੂੰ ਫਿਰ ਰੰਗ ਚੜ੍ਹ ਜਾਂਦਾ ਹੈ, ਥੱਲੀ ਦਾ ਹੈ ਇੱਧਰ ਉੱਧਰ ਨੂੰ, ਤਾਂ ਕਿ ਵਿੱਚ ਗੱਭ ਨਾ ਕੋਈ ਰਹਿ ਜਾਵੇ। ਬਿਲਕੁਲ ਇਸੇ ਹੀ ਤਰ੍ਹਾਂ ਮਨੁੱਖਾ ਜਨਮ ਹੈ। ਇਹ ਜੇ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਵੇ, ਗੁਰੂ ਦੇ ਦਰ 'ਤੇ ਪ੍ਰਵਾਨ ਕਿਵੇਂ ਹੋਵੇਗਾ? ਜੇ ਗੁਰੂ ਦੀ ਗੱਲ ਮੰਨੇਗਾ ਤਾਂ। ਮਾਂ ਪਿਓ ਨੂੰ ਕੇਵਲ ਮਾਂ ਪਿਓ ਕਹਿ ਲੈਣਾ, ਉਹਨਾਂ ਨੂੰ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ ਹੈ, ਜਿੰਨਾ ਚਿਰ ਉਹਨਾਂ ਦੇ ਕਹੇ ਵਿੱਚ ਨਹੀਂ ਚੱਲਾਂਗੇ। ਇਸੇ ਤਰ੍ਹਾਂ ਹੀ ਕੇਵਲ ਗੁਰੂ ਨੂੰ ਮੱਥਾ ਟੇਕ ਲਿਆ, ਇੱਥੋਂ ਤੱਕ ਹੀ ਸੀਮਿਤ ਰਹੇ, ਅਤੇ ਗੁਰੂ ਦੀ ਗੱਲ ਕੋਈ ਮੰਨੀ ਨਾ, ਜੀਵਨ 'ਚ ਧਾਰਨੀ ਨਾ ਕੀਤੀ, ਫਿਰ ਗੁਰੂ ਵਾਲੇ ਹੁੰਦਿਆਂ ਹੋਇਆਂ ਵੀ ਨਗੁਰੇ ਹਾਂ ਅਸੀਂ, ਗੱਲ ਤਾਂ ਕੋਈ ਨਾ ਮੰਨੀ। ਮਾਂ ਪਿਓ ਮੱਥਾ ਨਾ ਵੀ ਕਿਉਂਕਿ ਬੱਚਾ ਉਹਨਾਂ ਦੀ ਗੱਲ ਮੰਨ ਕੇ ਉਸ 'ਤੇ ਅਮਲ ਕਰੇ ਤਾਂ ਬੜੇ ਖੁਸ਼ ਰਹਿੰਦੇ ਹਨ।
ਇਸੇ ਤਰ੍ਹਾਂ ਹੈ ਗੁਰੂ ਦਾ ਸਿੱਖ ਜਿਹੜਾ ਹੈ ਉਹ ਜੇ ਗੁਰੂ ਦੀ ਗੱਲ ਮੰਨੇ ਤਾਂ ਗੁਰੂ ਵੱਲ ਸਿੱਖ ਖੁਸ਼ ਰਹੇਗਾ, ਪ੍ਰਵਾਨ ਕਰੇਗਾ। ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਇਹ ਵੱਖਰ ਹੈ, ਸੌਦਾ ਹੈ, ਔਰ ਇਹ ਖਰੀਦਣਾ ਹੈ ਆਪਾਂ ਇਸ ਦੁਨੀਆਂ ਦੇ ਵਿੱਚੋਂ। ਜਿਵੇਂ ਹੀਰਿਆਂ ਜਵਾਹਰਾਤਾਂ ਦੀ ਕੋਈ ਕੋਈ ਹੱਕੀ ਹੈ, ਅਤੇ ਜਿਨ੍ਹਾਂ ਦੇ ਕੋਲ ਹੁੰਦੇ ਹਨ, ਜਿਹੜੇ ਵਪਾਰ ਕਰਦੇ ਹਨ, ਬੜੇ ਅਮੀਰ ਹੁੰਦੇ ਹਨ। ਇਸੇ ਤਰ੍ਹਾਂ ਹੀ ਨਾਮ ਰੂਪੀ ਵੱਖਰ ਦੀਆਂ ਹੱਟੀਆਂ ਵਿਰਲੀਆਂ ਹਨ, ਕੂੜ ਦੀਆਂ ਦੁਕਾਨਾਂ ਬਹੁਤ ਹਨ, ਲੇਕਿਨ ਇਹ ਕਿਤੇ ਕਿਤੇ ਕੋਈ ਹੱਟੀ ਹੈ ਜਿੱਥੇ ਨਾਮ ਰੂਪੀ ਵੱਖਰ ਮਿਲਦਾ ਹੈ। ਜਿਹਦੇ ਕੋਲ ਪੂੰਜੀ ਹੈ ਉਹੀ ਇਹਨੂੰ ਦੇਵੇਗਾ ਨਾ ਕਿਸੇ ਦੇ ਕੋਲ। ਸੋ ਜੇ ਕਿਤੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਗੁਰੂ ਦੀ ਮੱਤ 'ਤੇ ਚੱਲਦਿਆਂ ਹੋਇਆਂ ਕੋਈ ਅਜਿਹਾ ਸਥਾਨ ਮਿਲ ਗਿਆ, ਅਜਿਹੀ ਹੱਟੀ ਮਿਲ ਗਈ, ਉੱਥੋਂ ਫਿਰ ਸੱਚ ਦਾ ਵੱਖਰ ਮਿਲਣਾ ਹੈ। ਕੀ ਹੋਵੇਗਾ? ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਅਤੇ ਫਿਰ ਇਹ ਵੱਖਰ ਇਕੱਠਾ ਕਰਕੇ, ਇਹ ਧਨ ਇਕੱਠਾ ਕਰਕੇ, ਇਹ ਸੌਦਾ ਇਕੱਠਾ ਕਰਕੇ ਇੱਥੋਂ ਫਿਰ ਚੱਲਦਾ ਹੈ, ਜਨਮ ਨੂੰ ਸਵਾਰ ਕੇ ਜਾਂਦਾ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਕਿੱਥੇ ਹੈ ਉਹ ਹੱਟੀ? ਕਿਹੜੀ ਹੈ? ਸੰਤਾਂ ਦਾ ਦਰ ਕਿਵੇਂ ਮਿਲੇਗਾ? ਤਾਜ ਅਭਿਮਾਨ ਲੇ ਮਨ ਮੋਲ, ਹੰਕਾਰ ਤਿਆਗ ਕੇ ਸੰਤਾਂ ਕੋ ਜਾ, ਆਪਣੇ ਵੱਡੇਪਣ ਨੂੰ ਛੱਡ ਦੇ। ਮਨ ਦੇਣਾ ਪੈਣਾ ਹੈ ਮਹਾਂਪੁਰਸ਼ਾਂ ਨੂੰ, ਪੈਸੇ ਨਹੀਂ ਲੈਣੇ ਉਹਨਾਂ ਨੇ। ਜਿਹੜਾ ਸੰਤ ਆ ਉਹ ਪੈਸੇ ਨੂੰ ਨਹੀਂ ਲੈਂਦਾ, ਪੈਸਾ ਨਹੀਂ ਲੈਂਦਾ ਹੈ, ਵਸਤੂਆਂ ਨਹੀਂ ਲੈਂਦਾ ਹੈ। ਉਹ ਕਹਿੰਦਾ ਮਨ ਦੇ ਦੇ ਮੈਨੂੰ, ਤੂੰ ਭਾਵੇਂ ਆਪਣੀ ਮਰਜ਼ੀ ਕਰਨੀ ਛੱਡ ਦੇ, ਜਿਹੜੀ ਗੱਲ ਤੈਨੂੰ ਮੈਂ ਸਮਝਾਵਾਂਗਾ ਗੁਰੂ ਦੀ ਕਿਰਪਾ ਦੇ ਨਾਲ ਉਸਨੂੰ ਮੰਨੀ ਜਾ। ਇਸ ਤਰ੍ਹਾਂ ਮਿਲੇਗਾ ਰਾਮ ਨਾਮ ਹਿਰਦੈ ਮੈਂ ਤੋਰ। ਅਤੇ ਇਹ ਅਮੋਲਕ ਵਸਤੂ ਜਿਹੜੀ ਹੈ, ਇਸ ਨੂੰ ਹਿਰਦੇ ਵਿੱਚ ਤੋਲ, ਭਾਵ ਆਪਣੇ ਅੰਦਰ ਵਿਚਾਰ ਕਰ ਕਿੰਨੀ ਕੀਮਤ ਹੈ, ਕਿੰਨੀ ਔਖੀ ਮਿਲਦੀ ਹੈ, ਸੌਖੀ ਨਹੀਂ ਮਿਲਦੀ ਹੈ। ਲਾਦ ਖੇਪ ਸੰਤੈ ਸੰਚਾਲ ਅਵਰ ਜ ਸ਼ਾਟ ਸਗਲ ਜੰਜਾਲ, ਅਵਰ ਦੂਜਾ ਜਿਹੜਾ ਹੈ ਹੋਰ ਧੰਦੇ ਜਿਹੜੇ ਹਨ, ਝੂਠੇ ਧੰਦੇ ਹਨ, ਅਵਰ ਛੋੜ ਸਗਲ ਜੰਜਾਲ, ਸਾਰੇ ਹੋਰ ਇਹਨਾਂ ਨੂੰ ਛੱਡ ਕੇ ਆਹ ਖੇਪ ਲੱਦ ਲੈ। ਖੇਪ ਕੀ ਹੁੰਦੀ ਹੈ? ਜਦੋਂ ਕੋਈ ਸੌਦਾ ਲੱਦ ਕੇ ਨਾ ਪਹਿਲਾਂ ਘੋੜੀਆਂ ਦੇ ਉੱਤੇ ਜਾਂਦੇ ਜਾਂ ਗੱਡਿਆਂ ਦੇ ਉੱਤੇ ਲੱਦ ਕੇ, ਉਹਨੂੰ ਖੇਪ ਕਹਿੰਦੇ ਹਨ, ਵੇਚਣ ਵਾਸਤੇ ਜਾਂਦੇ ਸਨ, ਇਹ ਖੇਪ ਇਸ ਨੂੰ ਕਹਿੰਦੇ ਹਨ। ਇਹ ਕਿਵੇਂ, ਨਾਲ ਕਿਹੜੇ ਹਨ ਤੇਰੇ ਵਣਜਾਰੇ ਵੀ ਫਿਰ ਸੰਤ ਹੀ ਹੋਣ, ਰੱਬ ਦੇ ਪਿਆਰੇ ਹੀ ਹੋਣ, ਨਾਮ ਦੇ ਸੁਦਾਗਰ ਹੀ ਹੋਣ। ਉਹ ਵੀ ਪਤ ਪਾਏ ਦਰਬਾਰ ਸ਼ਬਦ, ਸਤਿਗੁਰ ਸ਼ਬਦ ਪਾਏ, ਜਿਹੜਾ ਗੁਰੂ ਦੇ ਇਸ ਮਤ ਦੇ ਅਨੁਸਾਰ ਚੱਲ ਪਿਆ, ਸੰਤਾਂ ਦੇ ਦਰ ਤੋਂ, ਰੱਬ ਦੇ ਪਿਆਰਿਆਂ ਦੇ ਦਰ ਤੋਂ ਜਿਸ ਨੂੰ ਇਹ ਵੱਖਰ ਮਿਲ ਗਿਆ। ਸਾਧੂ ਹਮੇਸ਼ਾ ਹੀ, ਸਾਧੂ ਦਾ ਕੰਮ ਕੀ ਹੈ?
ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਤ ਕੋ ਸੰਤ ਜਪਾਵੇ ਨਾ। ਸੰਤ ਨਾਮ ਜਪਦਾ ਹੈ ਅਤੇ ਜਪਾਉਂਦਾ ਹੈ, ਸੰਤ ਉਹਨੂੰ ਕਹਿੰਦੇ। ਸੰਤ ਕੋਈ ਭੇਖ ਨਹੀਂ ਹੈ। ਸੋ ਤੁਹਾਨੂੰ ਜਦੋਂ ਪ੍ਰੇਰੇਗਾ, ਕਹੇਗਾ ਨਾਮ ਜਪੋ, ਤਾਂ ਫਿਰ ਉਹਦੇ ਆਖੇ ਲੱਗ ਕੇ ਨਾਮ ਜਪਣਾ ਸ਼ੁਰੂ ਕਰ ਲਓ। ਇਹ ਧਨ 'ਚ ਵਾਧਾ ਹੋਈ ਜਾਏਗਾ। ਜੇ ਗੁਰਮੁਖ ਮਿਲ ਜਾਣ ਤੁਹਾਨੂੰ ਨਾਮ ਜਪਣ ਵਾਲੇ, ਉਹਨਾਂ ਦੀ ਸੰਗਤ ਦੇ ਵਿੱਚ ਮਿਲ ਕੇ ਜਪੋ, ਤਾਂ ਇਹ ਹੋਰ ਵੱਧ ਜਾਏਗਾ। ਵਾਹਿਗੁਰੂ ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਪਾਏ। ਹੇ ਪਿਆਰੇ, ਸਤਿਗੁਰੂ ਦੇ ਪੈ, ਸਤਿਗੁਰੂ ਦਾ ਸ਼ਬਦ ਜੋ ਹੈ, ਪਾਵਨ ਉਪਦੇਸ਼ ਜੋ ਹੈ, ਗੁਰੂ ਦੀ ਬਾਣੀ ਜਿਹੜੀ ਹੈ, ਇਹ ਉਪਦੇਸ਼ ਹੈ। ਇਸ ਦੇ ਅਨੁਸਾਰ ਜੀਵਨ ਜਿਉਂਦਿਆਂ ਹੋਇਆਂ ਜੇ ਤੂੰ ਚੱਲੇਗਾ, ਜਿਹੜੀ ਗੱਲ ਜਿਵੇਂ ਮਹਾਰਾਜ ਨੇ ਕਹੀ ਹੈ ਕਿ ਆਹ ਭਾਈ ਤੂੰ ਲੈਣ ਵਾਸਤੇ ਆਹ ਆਇਆ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਿਹੜਾ ਸੌਦਾ ਤੂੰ ਲੈਣ ਵਾਸਤੇ ਆਇਆ ਹੈ ਨਾ, ਉਹ ਸੰਤਾਂ ਦੇ ਕੋਲ ਹੈ। ਅਤੇ ਹੰਕਾਰ ਨੂੰ ਤਿਆਗ ਕੇ ਮਨ ਸਮਰਪਣ ਕਰਕੇ, ਭਾਵ ਉਹਨਾਂ ਦੀ ਗੱਲ ਨੂੰ ਮੰਨਣਾ। ਮਨ ਸਮਰਪਣ ਕੀ ਹੈ? ਜਿਹੜੀ ਗੱਲ ਕਹਿਣ ਉਹਦੇ ਅਨੁਸਾਰ ਚੱਲਣਾ। ਮਿਲ ਜਾਏਗਾ ਤੈਨੂੰ, ਫਿਰ ਇਹ ਗੁਰਮੁਖਾਂ ਦੀ ਸੰਗਤ ਵਿੱਚ ਇਹ ਖੇਪ ਲੱਦ ਕੇ ਤੁਰ ਪਓ। ਜਿੱਥੇ ਜਿੱਥੇ ਕਿਤੇ ਕੋਈ ਰੱਬ ਦਾ ਪਿਆਰਾ ਤੈਨੂੰ ਮਿਲੇ, ਉਹਦੇ ਨਾਲ ਕੇਵਲ ਨਾਮ ਦੀਆਂ ਗੱਲਾਂ ਸਾਂਝੀਆਂ ਕਰ। ਜਿਵੇਂ ਵਪਾਰੀ, ਸੰਸਾਰੀ ਵਪਾਰੀ ਜਿਹੜੇ ਹਨ, ਜਿੱਥੇ ਕਿਤੇ ਮਿਲਣ ਉਹ ਵਪਾਰ ਦੀਆਂ ਗੱਲਾਂ ਕਰਨਗੇ। ਪਸ਼ੂਆਂ ਦੇ ਵਪਾਰੀ ਪਸ਼ੂਆਂ ਦੀ ਪਛਾਣ ਕਰਦੇ ਹਨ, ਉਹ ਪਸ਼ੂਆਂ ਦੀਆਂ ਗੱਲਾਂ ਕਰਦੇ ਹਨ, ਕਿਹੜਾ ਚੰਗਾ ਹੈ ਕਿਹੜਾ ਨਹੀਂ ਹੈ। ਕੱਪੜੇ ਦੇ ਵਪਾਰੀ ਕੱਪੜੇ ਦੀ ਗੱਲ ਕਰਦੇ ਹਨ, ਸੋਨੇ ਚਾਂਦੀ ਦੇ ਵਪਾਰੀ ਸੋਨੇ ਚਾਂਦੀ ਦੀਆਂ ਗੱਲਾਂ ਕਰਦੇ ਹਨ। ਵਪਾਰੀ ਦੂਜੇ ਵਪਾਰੀ ਨੂੰ ਪਛਾਣ ਲੈਂਦਾ ਹੈ ਕਿ ਕਿੰਨੀ ਕੁ ਇਸ ਨੂੰ ਅਕਲ ਹੈ, ਲੱਗਾ ਤਾਂ ਹੈ, ਕਿੰਨੀ ਕੁ ਅਕਲ ਹੈ, ਕੀ ਖੱਟਿਆ ਕੀ ਹੈ ਇਸਨੇ। ਚੰਗੀਆਂ ਗੱਲਾਂ ਦੀ ਸਾਂਝ ਕਰ ਲੈਂਦਾ ਉਸ ਦੇ ਨਾਲ। ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਸਤਿਕਾਰ ਮਿਲੇਗਾ, ਜੇ ਤੂੰ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਜਿਉਂਦਿਆਂ ਹੋਇਆਂ ਮਨ ਵਿੱਚ ਅਦਬ ਪੈ ਰੱਖਿਆ। ਤਾਂ ਪੈ ਕੀ ਹੁੰਦਾ? ਅਦਬ ਭੈ ਦਾ ਮਤਲਬ ਸੰਸਾਰੀ ਡਰ ਨਹੀਂ ਹੈ, ਜਿਵੇਂ ਆਪਾਂ ਨੂੰ ਦੁਸ਼ਮਣ ਤੋਂ ਡਰ ਲੱਗਦਾ, ਇਹ ਭੈ ਨਹੀਂ ਹੈ। ਇਹ ਭੈ ਹੈ ਅਦਬ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠੇ ਹਨ, ਸਾਡੇ ਮਨ ਵਿੱਚ ਇਹ ਭੈ ਹੈ, ਅਦਬ ਹੈ ਕਿ ਕਿਤੇ ਕੁਛ ਸਾਡੇ ਕੋਲੋਂ ਕੋਈ ਅਜਿਹੀ ਗੱਲ ਨਾ ਹੋ ਜਾਵੇ ਜਿਹੜੀ ਗੁਰੂ ਮਹਾਰਾਜ ਦੀ ਬੇਅਬਦੀ ਵਾਲੀ ਹੋਵੇ। ਅਜਿਹਾ ਕੋਈ ਨਾ ਹੋਵੇ। ਇਸ ਕਰਕੇ ਸ਼ਬਦ ਦੇ ਭੈ, ਦੇਖੋ ਆਪਾਂ ਜਿੰਨੇ ਕੁ ਵੀ ਬੈਠੇ ਹਾਂ, ਸਾਰਿਆਂ ਦੇ ਅੰਦਰ ਗੁਰੂ ਦਾ ਭੈ ਹੈ, ਅਦਬ ਹੈ। ਇਹ ਅਦਬ ਇਹਨੂੰ ਕਹਿੰਦੇ ਹਨ, ਭੈ ਇਸ ਨੂੰ ਕਹਿੰਦੇ ਹਨ। ਮਨ ਤਨ ਸੱਚ ਸਲਾਹੇ, ਸੱਚੇ ਮਨ ਪਾਇਆ। ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਜਿਸ ਨੇ ਮਨ ਅਤੇ ਤਨ ਕਰਕੇ ਸੱਚੇ ਦੀ ਸਿਵ ਸਲਾਹ ਕੀਤੀ, ਸੱਚੇ ਮਨ ਪਾਇਆ, ਉਹ ਵਾਹਿਗੁਰੂ ਨੂੰ ਪਾ ਗਿਆ। ਲਾਲ ਰਤਾ ਮਨ ਮਾਨਿਆ, ਗੁਰਪੂਰਾ ਪਾਇਆ। ਪੂਰੇ ਗੁਰੂ ਦੇ ਨਾਲ ਜੁੜ ਕੇ
ਪੂਰੇ ਗੁਰੂ ਦੇ ਉਪਦੇਸ਼ ਅਨੁਸਾਰ ਚੱਲਦਿਆਂ ਹੋਇਆਂ ਮਨ ਜਿਹੜਾ ਹੈ ਪਰਮੇਸ਼ੁਰ ਦੇ ਰੰਗ ਵਿੱਚ ਰੰਗਿਆ ਗਿਆ, ਪਿਆਰ ਹੋ ਗਿਆ ਵਾਹਿਗੁਰੂ ਨਾਲ। ਜਦੋਂ ਸਾਨੂੰ ਬਾਣੀ ਪੜ੍ਹਨ ਨੂੰ ਸਾਡਾ ਜੀ ਕਰੇ ਨਾ ਤਾਂ ਸਾਨੂੰ ਸਵਾਦ ਆਵੇ ਬਾਣੀ ਪੜ੍ਹਨ ਦਾ, ਤਾਂ ਸਮਝ ਲਓ ਕਿ ਸਾਡੇ 'ਤੇ ਗੁਰੂ ਦੀ ਕਿਰਪਾ ਹੋ ਰਹੀ ਹੈ। ਜਦੋਂ ਨਾਮ ਜਪਣ ਨੂੰ ਦਿਲ ਕਰੇ ਨਾ ਅਤੇ ਨਾਮ ਜਪਦਿਆਂ ਸਵਾਦ ਆਵੇ ਤਾਂ ਸਮਝੋ ਗੁਰੂ ਦੀ ਰਹਿਮਤ ਹੋ ਰਹੀ ਹੈ। ਜਦੋਂ ਸਾਡਾ ਸਤਸੰਗ ਦੇ ਵਿੱਚ ਬੈਠਣ ਨੂੰ ਜੀ ਕਰੇ ਅਤੇ ਬੈਠਿਆਂ ਹੋਇਆਂ ਸਾਨੂੰ ਆਨੰਦ ਆਵੇ, ਜਿਹੜੀਆਂ ਸਾਡੀਆਂ ਬਿਮਾਰੀਆਂ ਹਨ ਉਹ ਵੀ ਭੁੱਲ ਜਾਣ, ਸਾਡੇ ਦੁਨਿਆਵੀ ਜਿਹੜੇ ਕਲੇਸ਼ ਹਨ ਉਹ ਵੀ ਭੁੱਲ ਜਾਣ, ਤਾਂ ਸਮਝ ਲਓ ਗੁਰੂ ਦੀ ਕਿਰਪਾ ਹੋ ਰਹੀ ਹੈ। ਇਹ ਰੰਗ ਹੈ, ਇਹ ਰਸ ਹੈ, ਇਹ ਨਾਮ ਵਿੱਚ ਵੀ ਹੈ, ਬਾਣੀ ਵਿੱਚ ਵੀ ਹੈ, ਸੰਗਤ ਵਿੱਚ ਵੀ ਹੈ। ਇਹ ਸਮਝ ਲਓ ਰੰਗ ਚੜ੍ਹ ਰਿਹਾ ਹੈ, ਇਹ ਨਾ ਸਮਝਣਾ ਚੜ੍ਹ ਗਿਆ ਹੈ, ਚੜ੍ਹ ਰਿਹਾ ਹੈ। ਜਿੰਨਾ ਹੋਰ ਸਾਨੂੰ ਰਸ ਆਵੇਗਾ, ਹੋਰ ਜੁੜਾਂਗੇ ਸੰਗਤ ਨਾਲ, ਹੋਰ ਜੁੜਾਂਗੇ ਸੇਵਾ ਕਰਾਂਗੇ, ਹੋਰ ਬਾਣੀ ਪੜਾਂਗੇ, ਹੋਰ ਨਾਮ ਜਪਾਂਗੇ। ਹੋਂ ਜੀਵਾਂ ਗੁਣ ਸਾਰ ਅੰਤਰ ਤੂੰ ਵਸੇ। ਵਾਹਿਗੁਰੂ ਜੀ, ਮੈਂ ਤੇਰੇ ਗੁਣਾਂ ਨੂੰ ਸੰਭਾਲ ਸੰਭਾਲ ਕੇ, ਭਾਵ ਵਿਚਾਰ ਵਿਚਾਰ ਕੇ, ਸਮਝ ਸਮਝ ਕੇ ਜਿਹੜਾ ਹੈ ਇਹਦੇ ਨਾਲ ਮੈਨੂੰ ਜੀਵਨ ਮਿਲਦਾ ਹੈ, ਭਾਵ ਮੈਂ ਜਿਉਂਦਿਆਂ ਵਿੱਚ ਹੋ ਜਾਂਦਾ। ਵਾਹਿਗੁਰੂ ਪਰਮੇਸ਼ੁਰ ਦੇ ਜਿਹੜੇ ਗੁਣ ਹਨ, ਜੇ ਮੂਲ ਮੰਤਰ ਹੈ, ਮੂਲ ਮੰਤਰ ਸਾਰਾ ਹੀ ਵਾਹਿਗੁਰੂ ਦੇ ਗੁਣ ਹਨ। ਜੇ ਸਾਨੂੰ ਕੁਛ ਨਾ ਹੋਰ ਪਤਾ ਹੋਵੇ ਤਾਂ ਮੂਲ ਮੰਤਰ ਦਾ ਪਤਾ ਜ਼ਰੂਰ ਹੋਣਾ ਚਾਹੀਦਾ। ਇਹਦੇ ਅਰਥ ਭਾਵ ਦੀ ਸੋਝੀ ਹੋਵੇ ਤਾਂ ਇਹਨਾਂ ਦੇ ਨਾਲ ਇਹਨਾਂ ਦੇ ਧਿਆਨ 'ਚ ਜੁੜਿਆ ਰਹੇ ਅਤੇ ਇਹੀ ਅੰਦਰ ਵੱਸ ਜਾਣ ਅਤੇ ਇਹੀ ਵਾਹਿਗੁਰੂ ਨਾਲ ਮਿਲਾਪ ਕਰਾ ਦਿੰਦੇ ਹਨ। ਕਿਉਂਕਿ ਮੁੱਢਲਾ ਮੰਤਰ ਹੀ ਇਹ ਹੈ ਗੁਰਮਤਿ ਦਾ। ਕੀ ਹੋਏਗਾ? ਇੱਕ ਹੈ ਸੰਸਾਰ ਦੇ ਵਿੱਚ ਜਿਉਣਾ, ਬਹੁਤ ਕੁਛ ਹੈ, ਬੜੇ ਬੜੇ ਮਕਾਨ ਬਣੇ ਹੋਏ ਹਨ, ਨੌਕਰ ਚਾਕਰ ਹਨ, ਗੱਡੀਆਂ ਹਨ, ਬੜੇ ਸੁੱਖ ਦੇ ਸਾਧਨ, ਬਹੁਤ ਕੁਛ ਹੈ, ਬੜਾ ਖਲਾਰਾ ਹੈ। ਲੇਕਿਨ ਕੋਈ ਰੋਗ ਲੱਗਾ ਹੋਇਆ ਇਹੋ ਜਿਹਾ, ਹਰ ਵੇਲੇ ਹੀ ਰੋਈ ਜਾਂਦਾ ਹੈ, ਹਾਏ ਮਰ ਗਿਆ, ਹਾਏ ਮਰ ਗਿਆ। ਕੋਈ ਚਿੰਤਾ ਲੱਗੀ ਹੋਈ ਹੈ, ਉੱਥੇ ਹੁਣ ਇਹ ਧਨ ਕੀ ਕਰੇਗਾ, ਉੱਥੇ ਕੋਠੀ ਕੀ ਕਰੇਗੀ, ਕਾਰ ਕੀ ਕਰੇਗੀ। ਜੇ ਤਨ ਜਾਂ ਮਨ ਨੂੰ ਰੋਗ ਲੱਗਾ ਹੋਇਆ ਹੈ ਤਾਂ ਉਹਦੇ ਮੂੰਹੋਂ ਖੁਸ਼ ਨਹੀਂ ਉਹਨੇ ਹੋਣਾ, ਉਹਨੇ ਇਹੀ ਰੋਣਾ ਹੀ ਹੈ। ਇਹ ਮੌਤ ਹੈ, ਇਹ ਜਿਉਂਦਿਆਂ ਮਰਨ ਵਾਲੀ ਗੱਲ ਹੈ। ਵੀ ਹੈ ਤਾਂ ਜਿਉਂਦਾ ਹੈ, ਸਰੀਰ ਤਾਂ ਹੈ, ਲੇਕਿਨ ਮੁਰਦਿਆਂ ਵਾਲੀ ਹਾਲਤ ਹੈ, ਨਾ ਮਰਿਆਂ ਵਿੱਚ ਹੈ ਨਾ ਜਿਉਂਦਿਆਂ ਵਿੱਚ ਹੈ। ਜਿਵੇਂ ਕਿ ਤੜਫਦਾ ਹੋਵੇ, ਤੜਫ ਰਿਹਾ ਹੈ, ਪਰ ਇੱਕ ਇਹੋ ਜਿਹਾ ਬੰਦਾ ਹੈ, ਭਾਵੇਂ ਝੌਂਪੜੀ 'ਚ ਹੀ ਰਹਿੰਦਾ ਹੈ, ਮਾੜਾ ਜਿਹਾ ਮਕਾਨ ਹੈ, ਝੌਂਪੜੀ ਦਾ ਮਤਲਬ ਉਦੋਂ ਝੌਂਪੜੀਆਂ ਹੁੰਦੀਆਂ ਸੀ, ਹੁਣ ਕਹਿ ਲਓ ਵੀ ਛੋਟਾ ਜਿਹਾ ਮਕਾਨ ਹੈ ਕਿਸੇ ਦੇ ਕੋਲ, ਉਹਦੇ 'ਚ ਹੀ ਗੁਜ਼ਾਰਾ ਕਰਦਾ ਹੈ, ਆਨੰਦ ਵਿੱਚ ਹੈ, ਅੰਮ੍ਰਿਤ ਵੇਲੇ ਉਹਦੇ ਘਰ ਦੇ 'ਚ ਬੱਤੀ ਜਗ ਪੈਂਦੀ ਹੈ, ਅੰਮ੍ਰਿਤ ਵੇਲੇ ਪਰਿਵਾਰ ਉੱਠ ਜਾਂਦਾ ਹੈ, ਇਸ਼ਨਾਨ ਕਰਦਾ ਹੈ, ਬਾਣੀ ਨਾਲ ਨਾਮ ਨਾਲ ਜੁੜ ਜਾਂਦਾ ਹੈ,
ਮਿਹਨਤ ਕਰਦੇ ਹਨ, ਸਾਰਿਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਹੈ, ਇੱਕ ਦੂਜੇ ਦੀ ਕਦਰ ਕਰਦੇ ਹਨ, ਉਹ ਸਮਝ ਲਓ ਕਿ ਜਿਉਂਦਿਆਂ ਵਿੱਚ ਹੈ। ਨਾ ਉਹਨੂੰ ਕੋਈ ਦੁੱਖ ਹੈ, ਨਾ ਕੋਈ ਉਹਨੂੰ ਚਿੰਤਾ ਹੈ, ਉਹ ਜਿਉਂਦਿਆਂ ਵਿੱਚ ਉਹ ਹੈ। ਜਿਉਂਦੇ ਅਤੇ ਮਰੇ ਦੀ ਪਛਾਣ ਇਹ ਹੈ ਸਾਡੇ ਸਾਹਮਣੇ। ਜਦੋਂ ਸਭ ਕੁਝ ਹੁੰਦਿਆਂ, ਸਾਰੇ ਸੁੱਖ ਹੁੰਦਿਆਂ ਹੋਇਆਂ ਬੰਦਾ ਦੁਖੀ ਹੋਵੇ ਤਾਂ ਮਰਿਆਂ ਵਰਗਾ, ਅਤੇ ਜਦੋਂ ਕੁਛ ਵੀ ਨਾ ਹੋਵੇ ਕੋਲ ਤਾਂ ਆਨੰਦ ਵਿੱਚ ਹੋਵੇ, ਰਾਜਾ ਸਗਲ ਸ੍ਰਿਸ਼ਟਿਕਾ, ਉਹ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਸਮਝਿਆ ਜਾਂਦਾ ਹੈ। ਵਾਹਿਗੁਰੂ ਤੂੰ ਵਸੈ ਮਨ ਮਾਹੇ ਸਹਿਜੇ ਰਸ ਰਸੇ। ਵਾਹਿਗੁਰੂ ਜੀ ਜਦੋਂ ਤੁਸੀਂ ਮੇਰੇ ਮਨ ਵਿੱਚ ਵੱਸਦੇ ਹੋ ਨਾ, ਤੁਹਾਡੀ ਯਾਦ ਆਉਂਦੀ, ਮਨ ਵਿੱਚ ਵੱਸੇ ਦਾ ਮਤਲਬ ਜੋ ਤੁਹਾਡੀ ਯਾਦ ਆਉਂਦੀ ਹੈ, ਯਾਦ ਉਹਦੀ ਆਉਂਦੀ ਹੈ ਜਿਹੜਾ ਮਨ 'ਚ ਵੱਸਿਆ ਹੋਇਆ, ਤਾਂ ਕੀ ਹੁੰਦਾ ਹੈ, ਮੇਰਾ ਮਨ ਡੋਲਣ ਤੋਂ ਹਟ ਜਾਂਦਾ ਹੈ, ਸਹਿਜ ਅਵਸਥਾ ਮਿਲਦੀ ਹੈ, ਰਸ ਰਸੇ ਆਤਮਿਕ ਰਸ ਆਉਂਦਾ ਹੈ, ਭਾਵ ਤੁਹਾਡੇ ਵਿੱਚ ਜਿਉਂ ਹੀ ਧਿਆਨ ਜੁੜਦਾ ਹੈ ਤਾਂ ਮੈਨੂੰ ਆਨੰਦ ਆਉਣਾ ਪੈਂਦਾ ਹੈ। ਜਦੋਂ ਹੀ ਤੁਹਾਡੀ ਹਜ਼ੂਰੀ ਪ੍ਰਤੀਤ ਹੁੰਦੀ ਹੈ ਤਾਂ ਮੇਰਾ ਮਨ ਐਂ ਟਿਕਾਓ ਵਿੱਚ ਆ ਜਾਂਦਾ ਹੈ, ਰਸ ਵਿੱਚ ਆ ਜਾਂਦਾ। ਮੂਰਖ ਮਨ ਸਮਝਾਏ ਆਖੋਂ ਕੇਤੜਾ, ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਇਹ ਮੂਰਖ, ਹੇ ਮੂਰਖ ਮਨਾ, ਤੈਨੂੰ ਕੀ ਕਹਿ ਕੇ ਸਮਝਾਵਾਂ, ਕਿਵੇਂ ਸਮਝਾਵਾਂ। ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ, ਗੁਰੂ ਦੀ ਛਣ ਵਿੱਚ ਪੈ ਜਾ ਜੇ ਭਲਾ ਚਾਹੁੰਦਾ ਹੈ ਤਾਂ। ਆਹ ਰੰਗ ਚਾੜ ਲਾ ਆਪਣੇ ਜੀਵਨ ਨੂੰ, ਗੁਰੂ ਦੇ ਪਿਆਰ ਦਾ ਇਹ ਰੰਗ ਚਾਰ। ਔਰ ਕਿਵੇਂ ਚੜ੍ਹੇਗਾ, ਗੁਣ ਗਾ, ਜਿਵੇਂ ਜਿਵੇਂ ਗੁਣ ਗਾਏਗਾ ਤੇਰਾ ਹੋਰ ਪਿਆਰ ਵਧੀ ਜਾਏਗਾ ਵਾਹਿਗੁਰੂ ਨੂੰ। ਨਿਤਨ ਤਰੇ ਦਾ ਸਮਾਲ ਪ੍ਰੀਤਮ ਆਪਣਾ, ਰਾਤ ਦਿਨ ਹਰ ਵੇਲੇ ਹੀ ਵਾਹਿਗੁਰੂ ਨੂੰ ਯਾਦ ਰੱਖਿਆ ਕਰ, ਉਹਦੀ ਯਾਦ ਜੁੜਿਆ ਕਰ, ਹਰ ਵੇਲੇ ਹੀ ਉੱਠਦਿਆਂ ਬੈਠਦਿਆਂ, ਉਠਤ ਬੈਠਤ ਸੋਭਤ ਜਾਗਤ, ਗੁਰਮੰਤਰ ਹਿਰਦੇ ਚਿਤਾਰ। ਗੁਰਮੰਤਰ ਵਾਹਿਗੁਰੂ ਜੋ ਪਰਮੇਸ਼ਰ ਦਾ ਹੈ, ਤੈਨੂੰ ਗੁਰੂ ਨੇ ਦਿੱਤਾ ਹੈ, ਇਹ ਹਰ ਵੇਲੇ ਹੀ ਤੇਰੇ ਉੱਠਦਿਆਂ ਬੈਠਦਿਆਂ ਹਰ ਵੇਲੇ ਹੀ ਤੈਨੂੰ ਯਾਦ ਆਉਣਾ ਚਾਹੀਦਾ, ਤੇਰੀ ਰਸਨਾ 'ਤੇ ਹੋਣਾ ਚਾਹੀਦਾ, ਤੇਰੀ ਯਾਦ ਵਿੱਚ ਹੋਣਾ ਚਾਹੀਦਾ। ਜੇ ਚੱਲ ਹੈ ਗੁਣ ਨਾਲ ਨਾ ਹੀ ਦੁੱਖ ਸੰਤਾਪ, ਨਾਮ ਗੁਣ ਪੈਦਾ ਕਰਦਾ ਹੈ ਅੰਦਰ। ਪਰਮੇਸ਼ਰ ਦੇ ਵਿੱਚ ਗੁਣ ਹਨ, ਪਰਮੇਸ਼ਰ ਕੋਈ ਔਗੁਣ ਨਹੀਂ ਹੈ, ਵੇਖ ਲਓ ਗੁਣ ਹੀ ਗੁਣ ਹਨ ਉਸ ਦੇ ਵਿੱਚ, ਅਤੇ ਜੇ ਗੁਣਾਂ ਨਾਲ ਭਰਪੂਰ ਵਾਹਿਗੁਰੂ ਨੂੰ ਯਾਦ ਕਰਾਂਗੇ ਤਾਂ ਉਹ ਬੰਦਾ ਵੀ ਫਿਰ ਗੁਣਾਂ ਨਾਲ ਭਰਪੂਰ ਹੋ ਜਾਏਗਾ। ਜਿਸ ਚੀਜ਼ ਨੂੰ ਯਾਦ ਕਰੀਏ ਉਹਦੇ ਗੁਣ ਸਾਡੇ ਅੰਦਰ ਵੱਸ ਜਾਂਦੇ ਹਨ, ਉਹੋ ਜਿਹਾ ਸੁਭਾਅ ਸਾਡਾ ਬਣ ਜਾਂਦਾ। ਜੇ ਇਹਨਾਂ ਗੁਣਾਂ ਦਾ ਧਾਰਨੀ ਬਣ ਜਾਵੇਂ ਤਾਂ ਦੁਖੀ ਨਹੀਂ ਹੋਵੇਗਾ, ਜਿਹੜਾ ਸੰਤਾਪ ਹੈ ਨਾ ਇਹ ਨਹੀਂ ਤੈਨੂੰ ਭੋਗਣਾ ਪਏਗਾ। ਮਨਮੁਖ ਪਰ ਭੁਲਾਣਾ ਨਾਂ ਤਿਸ ਰੰਗ ਹੈ, ਮਰਸੀ ਹੋਏ ਵਗਾਣਾ ਮਨ ਤਨ ਭੰਗ ਹੈ। ਮਨ ਦੀ ਮਤ ਪਿੱਛੇ ਚੱਲਣ ਵਾਲਾ ਭਰਮ ਵਿੱਚ ਭੁੱਲਿਆ ਰਹਿੰਦਾ ਹੈ,
ਪਿਆਰ ਹੀ ਨਹੀਂ ਹੈ ਉਸਦਾ, ਉਹਨੂੰ ਗੁਰੂ ਦੀ ਵਡਿਆਈ ਦਾ ਪਤਾ ਹੀ ਨਹੀਂ ਹੈ, ਉਸਨੂੰ ਨਾਮ ਬਾਣੀ ਦਾ ਕੀ ਪਤਾ ਹੈ, ਉਸਨੂੰ ਕੀ ਪਤਾ ਹੈ ਸੇਵਾ ਦੀ ਕੀ ਮਹਾਨਤਾ ਹੈ। ਕਿਤੇ ਗੁਰੂ ਦੇ ਕੋਲ ਆਇਆ ਹੀ ਨਹੀਂ, ਗੁਰੂ ਕੋਲ ਬੈਠਾ ਹੀ ਨਹੀਂ, ਸਮਝਿਆ ਹੀ ਕੁਛ ਨਹੀਂ। ਇਸ ਕਰਕੇ ਉਹਨੂੰ ਦੁਨੀਆਂ ਦਾ ਰੰਗ ਚੜਿਆ ਹੁੰਦਾ, ਮਰਸੀ ਹੋਏ ਵਿਗਾਣਾ ਮਨ ਤਨ ਭੰਗਾ, ਮਨ ਅਤੇ ਤਨ ਦੋਨੋਂ ਹੀ ਦੁਖੀ ਰਹਿੰਦੇ ਹਨ ਉਸਦੇ, ਮਨ ਕਰਕੇ ਵੀ ਦੁਖੀ, ਚਿੰਤਾ ਤਨ ਕਰਕੇ ਵੀ, ਹਰ ਵੇਲੇ ਹੀ ਦੁਖੀ, ਕੋਈ ਨਾ ਕੋਈ ਰੋਗ ਲੱਗਾ ਰਹਿੰਦਾ ਹੈ। ਅਤੇ ਫਿਰ ਇਹ ਦੁੱਖਾਂ ਨੂੰ ਭੋਗਦਾ ਹੋਇਆ ਇਹ ਸੰਸਾਰ ਤੋਂ ਚਲੇ ਜਾਂਦਾ। ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ, ਜੋ ਮਹਾਰਾਜ ਸਾਨੂੰ ਕਹਿ ਰਹੇ ਹਨ ਕਿ ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲਿਓ ਸਮਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ, ਹੇ ਵਣ ਜਾ ਰਹੇ ਹੋ ਆ ਵਣਜ ਕਰੋ, ਜਿਹੜੀ ਨਾਲ ਨਿਭਣੀ ਹੈ, ਜਿਹੜੀ ਨਾਲ ਜਾਣੀ ਹੈ, ਉਹ ਕੀ ਹੈ? ਸੇਵਾ ਅਤੇ ਸਿਮਰਨ। ਬਾਕੀ ਸਭ ਕੁਝ ਇੱਥੇ ਰਹਿਣਾ, ਸਰੀਰ ਵੀ ਇੱਥੇ, ਬੈਂਕ ਬੈਲੈਂਸ ਵੀ ਇੱਥੇ, ਘਰ ਵੀ ਇੱਥੇ, ਪਰਿਵਾਰ ਵੀ ਇੱਥੇ, ਰਿਸ਼ਤੇਦਾਰ ਵੀ ਇੱਥੇ, ਸਭ ਕੁਛ ਇੱਥੇ। ਔਰ ਰੋਜ਼ ਮਹਾਰਾਜ ਸਾਨੂੰ ਚੇਤਾ ਕਰਾਉਂਦੇ ਹਨ, ਜਿਹੜੇ ਨਿਤਨੇਮੀ ਹਨ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਕਹਿਲ ਕੀ ਵੇਲਾ, ਇਹਾਂ ਖਾਕ ਚਲੋ ਹਰ ਲਾਹਾ ਆਗੇ ਵਸਣ ਸੇਲਾ। ਜੇ ਅੱਗੇ ਸੌਖੇ ਰਹਿਣਾ ਚਾਹੁੰਦੇ ਹੋ ਨਾ ਤਾਂ ਇੱਥੋਂ ਲਾਹਾ ਲੈ ਲਓ, ਕਾਹਦਾ? ਸੇਵਾ ਦਾ, ਸਿਮਰਨ ਦਾ। ਇਹ ਸੰਤ ਕਹਿਲ ਕੀ ਵੇਲਾ ਹੈ, ਇਹ ਮੌਕਾ ਮਿਲਿਆ ਹੈ ਤੁਹਾਨੂੰ ਸੇਵਾ ਕਰਨ ਦਾ, ਲਾਹਾ ਲੈ ਲਓ। ਆਉਦ ਕਹਿ ਦਿਨ ਸਰਣ ਆ ਰਹੇ, ਕੱਲ੍ਹ ਤਾਂ ਇਹਨਾਂ ਗੱਲ ਛੱਡਿਓ, ਮੁੱਕਦੀ ਜਾ ਰਹੀ ਹੈ ਉਮਰ, ਸਵਾਸ ਖਤਮ ਹੁੰਦੇ ਜਾ ਰਹੇ ਹਨ। ਜਿਹੜਾ ਅੱਜ ਕਰ ਲਿਆ ਇਹ ਸਮਝ ਲਓ ਅੱਜ ਦਾ ਦਿਨ ਸਫਲਾ ਹੋ ਗਿਆ, ਕੱਲ੍ਹ ਦਾ ਕੀ ਪਤਾ ਹੋਣਾ ਕਿ ਨਹੀਂ ਹੋਣਾ। ਇਸ ਕਰਕੇ ਕੱਲ੍ਹ ਤਾਂ ਨਾ ਗੱਲ ਛੱਡੋ, ਇਹ ਲਾਹਾ ਲੈ ਲਓ। ਮਨ ਗੁਰਮਿਲ ਕਾਸਵਰ ਹੈ, ਗੁਰੂ ਨਾਲ ਜੁੜ ਜਾ ਅਤੇ ਆਪਣੇ ਇਹ ਮਨੁੱਖਾ ਜੀਵਨ ਦਾ ਜਿਹੜਾ ਮੁੱਖ ਕਾਰਜ ਹੈ ਨਾ, ਇਸ ਨੂੰ ਸਵਾਰ ਲੈ। ਗੁਰ ਕੀ ਕਾਰ ਕਮਾਏ ਲਾਹਾ ਕਰਾਣਿਆ, ਇਹ ਲਾਹਾ ਲੈ ਕੇ ਜਾ ਆਪਣੇ ਘਰ ਦੇ ਵਿੱਚ। ਕਿੱਥੇ? ਜਿਵੇਂ ਬੱਚੀ ਦਾਜ ਲੈ ਕੇ ਜਾਂਦੀ ਹੈ ਨਾ ਮਾਂ ਪਿਓ ਦੇ ਘਰੋਂ, ਉਹਦੀਆਂ ਲੜੀਂਦੀਆਂ ਚੀਜ਼ਾਂ ਜਿਹੜੀਆਂ ਉੱਤੇ ਹੁੰਦੀਆਂ, ਤਾਂ ਕਿ ਉਹਨੂੰ ਕੋਈ ਮੰਗਣਾ ਨਾ ਪਵੇ ਕਿਸੇ ਕੋਲ, ਇਹ ਤਾਂ ਦਿੱਤਾ ਜਾਂਦਾ ਸੀ। ਅੱਗੇ ਅਗਲੇ ਘਰ 'ਚ ਵਾਕਫੀ ਨਹੀਂ ਨਾ, ਜੀ ਕਰੇ ਅਗਲੇ ਦੇਣ, ਜੀ ਕਰੇ ਨਾ ਦੇਣ, ਇਸ ਕਰਕੇ ਮਾਂ ਪਿਓ ਆਪ ਹੀ ਪਹਿਲਾਂ ਹੀ ਦੇ ਦਿੰਦੇ ਸਨ। ਇਹ ਗੁਰਸਿੱਖ ਦਾ ਦਾਜ ਕੀ ਹੈ? ਸੇਵਾ ਅਤੇ ਸਿਮਰਨ। ਜਿਹਦੇ ਕੋਲ ਇਹ ਦਾਜ ਹੈ ਨਾ, ਇੱਥੋਂ ਆਤਮਾ ਹੈ ਨਾ ਸਾਡੀ, ਇਸਤਰੀ ਹੈ, ਇਹਨੂੰ ਮੌਤ ਰੂਪੀ ਲਾੜੇ ਨੇ ਵਿਆਹ ਕੇ ਲੈ ਜਾਣਾ, ਜਿੰਦ ਵਕੀ ਮਰਨ ਵਾਰ ਲੈ ਜਾਸੀ ਪੜਨ ਆਏ, ਲੈ ਜਾਣਾ ਉਹਨੇ।
ਅਤੇ ਇਹ ਦਾਜ ਸਾਡੇ ਕੋਲ ਆ ਹੋਵੇਗਾ। ਜੇ ਤਾਂ ਸੇਵਾ ਅਤੇ ਸਿਮਰਨ ਹੈ ਇੱਥੇ, ਇਹ ਇਕੱਠਾ ਕੀਤਾ ਹੋਇਆ ਧਨ, ਫਿਰ ਉੱਥੇ ਪ੍ਰਵਾਨ ਹੋ ਜਾਣਾ, ਕਿਸੇ ਦੇ ਮਹਤਾਜ ਨਹੀਂ ਬਣਨਾ ਪਵੇਗਾ। ਜਿਹਦੇ ਕੋਲ ਸੇਵਾ ਅਤੇ ਸਿਮਰਨ ਹੈ ਉਹ ਕਿਸੇ ਦਾ ਮਹਤਾਜ ਨਹੀਂ ਬਣਦਾ ਹੋਵੇ। ਵਾਹਿਗੁਰੂ ਵਾਹਿਗੁਰੂ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ, ਨਿਰਵਾਣ ਵਾਸ਼ਨਾ ਤੋਂ ਰਹਿਤ ਵਾਹਿਗੁਰੂ ਜੋ ਹੈ, ਸ਼ਬਦ ਅੱਧੇ ਨੂੰ ਸਿਹਾਰੀ ਨਾਇਆ ਹੈ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਦੇ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਪਛਾਣ ਕਰ ਇਸੇ ਮਨੁੱਖਾ ਜਨਮ 'ਚ ਆਉਣੀ ਹੈ। ਸ਼ੁਰੂਆਤ ਹੀ ਇੱਥੋਂ ਹੀ ਮਾਨਸ ਜਨਮ ਤਲੰਬ ਗੁਰਮੁਖ ਪਾਇਆ, ਸ਼ੁਰੂਆਤ ਹੀ ਇੱਥੋਂ ਹੋਈ ਸ਼ਬਦ ਦੀ। ਅਤੇ ਇਹ ਨਿਰਵਾਣ ਵਾਹਿਗੁਰੂ ਨੂੰ ਮਿਲਣਾ ਹੈ, ਜਿਸ ਨੂੰ ਕੋਈ ਵਾਸ਼ਨਾ ਨਹੀਂ ਹੈ। ਇੱਕ ਨਾਨਕੀ ਅਰਦਾਸ ਜੇ ਤਦ ਭਾਵ ਸੀ, ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਅਖੀਰ 'ਤੇ ਅਰਦਾਸ ਹੈ, ਵਾਹਿਗੁਰੂ ਜੀ ਮੇਰੀ ਤੇਰੇ ਚਰਨਾਂ 'ਚ ਅਰਦਾਸ ਹੈ। ਇਹ ਹਰ ਗੁਰਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ, ਪਰ ਜ਼ੋਰ ਨਹੀਂ ਹੈ। ਜੇ ਤੁਧ ਭਾਵ ਸੀ, ਜੇ ਤੈਨੂੰ ਪ੍ਰਵਾਨ ਹੈ ਤਾਂ ਇਹ ਤੇਰੀ ਮਰਜ਼ੀ ਹੈ। ਇਹ ਨਹੀਂ ਮੈਂ ਕਹਿੰਦਾ ਕਿ ਤੂੰ ਇਹ ਮੇਰੀ ਅਰਦਾਸ ਜ਼ਰੂਰ ਸੁਣ, ਜੀ ਕਰਦਾ ਸੁਣ, ਜੀ ਕਰਦਾ ਨਾ ਸੁਣ। ਕੀ ਅਰਦਾਸ ਹੈ? ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਮੇਰੇ ਹਿਰਦੇ ਵਿੱਚ ਨਾਮ ਦਾ ਵਾਸਾ ਕਰ ਦਿਓ ਅਤੇ ਮੈਂ ਰਸਨਾ ਨਾਲ ਤੇਰੇ ਗੁਣ ਗਾਉਂਦਾ ਰਹਾਂ। ਦੋਵੇਂ ਚੀਜ਼ਾਂ ਮੰਗੀਆਂ ਵੇਖ, ਹੋਰ ਕੁਛ ਨਹੀਂ ਮੰਗਿਆ। ਕਿਉਂ? ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ। ਉਹ ਜਿਹੜੀ ਚੀਜ਼ ਆਪਾਂ ਨਾਮ ਤੋਂ ਅਤੇ ਉਹਦੀ ਸਿਰਫ ਸਲਾਹ ਤੋਂ ਬਿਨਾਂ ਮੰਗਦੇ ਹਨ, ਉਹ ਜ਼ਰੂਰ ਸਾਨੂੰ ਦੁੱਖ ਦਿੰਦੀ ਹੈ। ਉਦੋਂ ਭਾਵੇਂ ਸਾਨੂੰ ਖੁਸ਼ੀ ਹੁੰਦੀ ਉਹਦੀ ਪ੍ਰਾਪਤੀ ਕਰਕੇ, ਲੇਕਿਨ ਕਿਸੇ ਵੇਲੇ ਸਮਾਂ ਅਜਿਹਾ ਜ਼ਿੰਦਗੀ 'ਚ ਆ ਜਾਂਦਾ ਹੈ ਜਦੋਂ ਉਸੇ ਚੀਜ਼ ਤੋਂ ਆਪਾਂ ਦੁਖੀ ਹੋ ਜਾਂਦੇ ਹਾਂ। ਤਾਂ ਮਹਾਰਾਜ ਨੇ ਕਿਹਾ ਹੈ ਇੱਥੇ ਕਿ ਆਹ ਮੇਰੀ ਜੋਦੜੀ ਸੁਣ ਲੈ, ਮੇਰੇ 'ਤੇ ਮਿਹਰਬਾਨ ਹੋ ਕੇ, ਕਿ ਤੇਰੇ ਗੁਣ ਗਾਉਂਦਾ ਰਹਾਂ ਅਤੇ ਤੇਰਾ ਨਾਮ ਜਿਹੜਾ ਹੈ ਇਹ ਮੇਰੇ ਹਿਰਦੇ 'ਚ ਵਸਿਆ ਰਹੇ। ਭਾਵ ਤੇਰੀ ਯਾਦ, ਨਾਮ ਦਾ ਮਤਲਬ ਯਾਦ, ਤੇਰੀ ਯਾਦ ਮੇਰੇ ਹਿਰਦੇ 'ਚ ਭੁੱਲੇ ਨਾ ਕਦੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਜੋ ਪਾਵਨ ਉਪਦੇਸ਼ ਅੱਜ ਦੇ ਹੁਕਮਨਾਮੇ ਦੇ ਰਾਹੀਂ ਆਪਾਂ ਸਰਵਣ ਕੀਤਾ, ਸਾਡੇ ਹਿਰਦੇ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਥੋੜ੍ਹਾ ਜਾਪ ਕਰੀਏ, ਸਾਰਿਆਂ ਨੂੰ ਜਿਵੇਂ ਰੋਜ਼ ਬੇਨਤੀ ਕਰੀਦੀ ਹੈ। ਫਿਰ ਵੀ ਕਈ ਵਿੱਚ ਪ੍ਰੇਮੀ ਨਵੇਂ ਆ ਜਾਂਦੇ ਹਨ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਵਾਹਿਗੁਰੂ ਗੁਰਮੰਤਰ ਹੈ ਸਾਡਾ, ਵਾਹਿਗੁਰੂ ਗੁਰਮੰਤਰ ਹੀ ਵਾਹਿਗੁਰੂ ਹੈ, ਰੱਬ ਹੈ। ਇਸ ਨੂੰ ਜਦੋਂ ਆਪਾਂ ਜਾਪ ਕਰਨਾ ਹੈ, ਇਹ ਰੱਬ ਸਮਝ ਕੇ ਇਸ ਦਾ ਜਾਪ ਕਰਨਾ ਹੈ। ਇਹਨੂੰ ਕੋਈ ਵੱਖਰਾ ਚੀਜ਼ ਨਹੀਂ, ਵੱਖਰੀ ਨਹੀਂ ਸਮਝਣੀ। ਜਿਵੇਂ ਬਾਣੀ ਨੂੰ ਗੁਰੂ ਸਮਝ ਕੇ ਪੜ੍ਹਦੇ ਹਾਂ, ਇਸੇ ਤਰ੍ਹਾਂ ਹੀ ਵਾਹਿਗੁਰੂ ਦਾ ਜਾਪ, ਵਾਹਿਗੁਰੂ ਨੂੰ ਹਾਜ਼ਰ ਸਮਝ ਕੇ ਵਾਹਿਗੁਰੂ ਕਹਿਣਾ। ਉਂਝ ਤਾਂ ਆਪਾਂ ਜਿਵੇਂ ਮਰਜ਼ੀ ਜਪ ਸਕਦੇ ਹਾਂ, ਕੋਈ ਖਾਸ ਗੱਲ ਨਹੀਂ ਹੈ ਕਿ ਕੋਈ ਕਹੇ ਕਿ ਇੱਦਾਂ ਜਪਣ ਨਾਲ ਹੀ ਸ਼ਾਇਦ ਪ੍ਰਾਪਤੀ ਹੋਏਗੀ। ਲੇਕਿਨ ਗੁਰਬਾਣੀ ਵਿੱਚ ਜਿਹੜਾ ਤਰੀਕਾ ਦੱਸਿਆ ਹੈ ਉਹ ਸਾਸ ਗ੍ਰਾਸ ਹੈ। ਜੋ ਸਾਸ ਗ੍ਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮੰਨ ਪਾਵੇ। ਸਾਸ ਗ੍ਰਾਸ ਦਾ ਮਤਲਬ ਹੁੰਦਾ ਸਵਾਸ ਦੇ ਆਉਣ 'ਤੇ ਜਾਣ ਦੇ ਨਾਲ,
ਸਾਸ ਗ੍ਰਾਸਦਾ ਅਰਥ ਹੈ। ਟੀਕਿਆਂ ਦੇ ਵਿੱਚ ਜਿਹੜੇ ਗੁਰਬਾਣੀ ਦੇ ਲਿਖੇ ਆ ਨਾ, ਉਹਨਾਂ ਦੇ ਵਿੱਚ ਗ੍ਰਾਸ ਦਾ ਅਰਥ ਗ੍ਰਾਹੀ ਲਿਖਿਆ ਹੈ, ਉਹ ਗਲਤ ਹੈ। ਗ੍ਰਾਹੀ ਨਹੀਂ, ਇਹ ਸਾਸ ਦਾ ਆਉਣਾ ਅਤੇ ਜਾਣਾ ਹੈ। ਅਤੇ ਸਾਹ ਸਾਡੇ ਅੰਦਰ ਜਿਹੜਾ ਹਵਾ ਜਿਹੜੀ ਹੈ, ਇਹ ਸਰੀਰ ਇਸ ਤਰ੍ਹਾਂ ਹੀ ਮਹਾਰਾਜ ਨੇ ਬਣਾਇਆ ਹੈ ਕਿ ਹਵਾ ਅੰਦਰ ਜਾਂਦੀ ਹੈ ਫਿਰ ਬਾਹਰ ਨਿਕਲਦੀ ਹੈ। ਨੱਕ ਤੋਂ ਹਵਾ ਲੈਂਦੇ ਹਾਂ ਆਪਾਂ, ਨਾਭੀ ਤੱਕ ਜਾਂਦੀ ਹੈ, ਨਾਭੀ ਤੋਂ ਵਾਪਸ ਆ ਜਾਂਦੀ ਹੈ, ਫਿਰ ਉੱਥੇ ਨਿਕਲ ਜਾਂਦੀ ਹੈ। ਇਹ ਇਹ ਸਵਾਸ ਇੰਨੀ ਥਾਂ ਦੇ ਵਿੱਚ ਵਿੱਚ ਚੱਲਦਾ ਹੈ। ਬਸ ਇਹਨੂੰ ਧਿਆਨ 'ਚ ਰੱਖਣਾ ਇਸ ਗੱਲ ਨੂੰ ਕਿ ਇਹ ਸਾਡੇ ਕਾਬੂ ਦੇ ਵਿੱਚ ਰਹੇ। ਮਨ ਇਹਦੇ ਅਧੀਨ ਆ, ਸਾਡੇ ਸਵਾਸਾਂ ਦੇ ਅਧੀਨ ਸਾਡਾ ਮਨ ਹੈ। ਜੇ ਕਾਬੂ 'ਚ ਆ ਗਏ ਤਾਂ ਮਨ ਕੋਈ ਫੁਰਨਾ ਨਹੀਂ ਸਾਡੇ ਅੰਦਰ ਆਏਗਾ। ਫੁਰਨੇ ਉਦੋਂ ਆਉਂਦੇ ਹਨ ਜਦੋਂ ਸਾਡੇ ਸਵਾਸ ਬੇਕਾਬੂ ਹੁੰਦੇ। ਸੋ ਜਦੋਂ ਅੰਦਰ ਨੂੰ ਜਾਣਾ ਹੈ ਸਵਾਸ, ਵਾਹ, ਬਾਹਰ ਆਉਣਾ ਹੈ ਗੁਰੂ, ਆਰਾਮ ਨਾਲ ਟਿਕ ਕੇ, ਬਹੁਤਾ ਜ਼ੋਰ ਲਾਉਣ ਦੀ ਵੀ ਲੋੜ ਨਹੀਂ ਹੈ, ਆਰਾਮ ਦੇ ਨਾਲ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਮਿਲ ਕੇ ਸਾਸ ਗ੍ਰਾਸ ਵਾਹਿਗੁਰੂ, 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 ਵਾਹਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।